ਵੈਲਕਮ ਜੀ ਖੁਸ਼ ਆਮਦੀਦ ਤੁਸੀਂ ਵੇਖ ਰਹੇ ਹੋ ਪਿੰਡ ਚੌਂਤੀ YouTube ਚੈਨਲ ਤੇ ਮੈਂ ਤੁਹਾਡਾ ਦੋਸਤ ਸਗੀਰ ਅਬਾਸ ਰਿੰਦ ਦੋਸਤੋ ਆ ਚੰਦ ਦਿਨ ਪਹਿਲੇ ਅਸੀਂ ਜੜਾਂ ਵਾਲੇ ਦੇ ਇੱਕ ਪਿੰਡ ਚੱਕ ਨੰਬਰ 146 ਗਾਫੇ ਜੋਕ ਹਾਸ਼ਮ ਦੀ ਇੱਥੇ ਆਏ ਸੀ ਅਸੀਂ ਪਿੰਡ ਦੀ ਵੀਡੀਓ ਬਣਾਏ ਸੀ ਪਿੰਡ ਦੀਆਂ ਬਰਾਦਰੀਆਂ ਦੇ ਬਾਰੇ ਨਾਲ ਪਿੰਡ ਦੀ ਸੈਰ ਕਰਵਾਈ ਸੀ ਤੇ ਉਸ ਪਿੰਡ ਵਾਲਿਆਂ ਨੇ ਉਸ ਪਿੰਡ ਦੀ ਯੂਥ ਨੇ ਉਸ ਪਿੰਡ ਦੀ ਕਮੇਟੀ ਨੇ ਸਾਨੂੰ ਫਿਰ ਇੱਕ ਵਾਰ ਦਾਅਵਤ ਦਿੱਤੀ ਹੈ ਕਿ ਤੁਸੀਂ ਇੱਕ ਵਾਰ ਫਿਰ ਸਾਡੇ ਪਿੰਡ ਆਓ اور ਜਿਹੜੇ ਪਿੰਡ ਦੇ ترقیاتی ਕੰਮ ਨੇ ਸਕੂਲ ਦੇ لحاظ ਨਾਲ ਪਿੰਡ ਦੀ ਸੋਲਿੰਗ ਦੇ لحاظ ਨਾਲ ਵੈਲਫੇਅਰ ਦੇ لحاظ ਨਾਲ ਉਹ ਸਾਡੇ ਪੁੱਟ ਅਪ ਕੀਤੇ ਜਾਣ ਔਰ ਉਹ ਸਾਡੇ ਜਿਹੜੇ ਅੱਛੇ ਇਕਦਮਾਦ ਨੇ ਉਹਨਾਂ ਨੂੰ ਵੀ ਪੁੱਟ ਅਪ ਕੀਤਾ ਜਾਵੇ ਉਹ ਵੀ ਲੋਕਾਂ ਨੂੰ ਵਿਖਾਏ ਜਾਣ ਕਿ ਪਿੰਡ ਦੀਆਂ ਪਿੰਡ ਦੇ ਵਿੱਚ ਰਹਿ ਕੇ ਇੱਕ ਅੱਛੀ ਅੱਛੀ ਯੂਥ ਅੱਛੀ ਸੋਸਾਇਟੀ ਔਰ ਅੱਛੀ ਤਨਜ਼ੀਮ ਜਿਹੜੀ ਉਹਨਾਂ ਨੇ ਬਣਾਈ ਹੋਈ ਹੈ ਇਹਦਾ ਚਿਹਰਾ ਵੀ ਜਿਹੜਾ ਹੈ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਔਰ ਲੋਕਾਂ ਨੂੰ ਵਿਖਾਇਆ ਜਾਵੇ ਤੇ ਸਾਡੇ ਨਾਲ ਮੌਜੂਦ ਨੇ ਜਨਾਬ ਖਾਨ ਸਾਹਿਬ ਤਾਰਫ ਆਪਣਾ ਜ਼ਰਾ ਕਰਵਾ ਦਿਆ ਜੀ ਜੀ ਅਸਲਾਮੁਅਲੈਕਮ ਜੀ ਮੇਰਾ ਨਾਮ ਫਰਮਾਨ ਖਜ਼ਰ ਹੈ ਜੀ ਜੀ ਔਰ ਮੈਂ ਇਥੇ 146 ਜੋਖਦਾ ਰਿਆਸ਼ੀ ਹਾਂ ਜੀ ਜੀ ਔਰ ਇਸ ਜਿਹੜੀ ਤਨਜ਼ੀਮ ਇਹਦਾ ਸਦਰ ਵੀ ਹਾਂ ਮਾਸ਼ਾਅੱਲਾ ਜੀ ਜਨਾਬ ਮੇਰਾ ਨਾਮ ਮੁਦੱਸਰ ਹੁਸੈਨ ਔਰ ਮੈਂ ਇਸ ਸੰਦੀਮ ਦਾ ਨਾਇਬ ਸਦਰ ਹਾਂ ਜੀ ਜੀ ਮਾਸ਼ਾਅੱਲਾ ਨੰਬਰਦਾਰ ਸਾਹਿਬ ਜੀ ਨਾਸਨਵਾਜ਼ ਨੰਬਰਦਾਰ ਜੀ ਤੇ تنظیم ਨੂੰ ਆਰਗੇਨਾਈਜ਼ ਮੈਂ ਕਰ ਰਿਹਾ ਜੀ ਬੱਚੇ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਜ਼ਬਰਦਸਤ ਜਨਾਬ ਹਾਕਮ ਮੁਸਤਾਫਾ ਮੇਰਾ ਨਾਮ ਹੈ ਜੀ ਜੋ ਕਾਸ਼ਮ ਵੈਲਫੇਅਰ ਸੁਸਾਇਟੀ ਦੇ ਨਾਮ ਤੋਂ ਸਾਡੀ ਸੁਸਾਇਟੀ ਹੈ ਮਾਸ਼ਾਅੱਲਾ ਉਹ ਸੁਸਾਇਟੀ ਦਾ ਮੈਂ ਜਨਰਲ ਸੈਕਟਰੀ ਵਾਲੇ ਕੰਮ ਕਰ ਰਿਹਾ ਮਾਸ਼ਾਅੱਲਾ ਯੂਨੀਫਾਰਮ ਵੀ ਪਾਈ ਹੋਈ ਹੈ ਤੇ ਇਹ ਵੀ ਦੱਸ ਦਿਓ ਜਨਾਬ ਆਪਣੇ 140 ਦੀ ਆਰਬਾਲ ਦੀ ਟੀਮ ਆ ਉਹ ਮੈਂ ਕੈਪਟਨ ਵੀ ਆ ਮਾਸ਼ਾਅੱਲਾ ਜੀ ਤੇ ਅਸੀਂ ਮੁxtਲਫ ਇਲਾਕੇ ਦੇ ਟੀਮਾਂ ਨਾਲ ਆਰਬਾਲ ਦਾ ਮੈਚ ਖੇਡਦੇ ਹਾਂ ਹਰ ਸੰਡੇ ਨੂੰ ਮਾਸ਼ਾਅੱਲਾ ਜੀ ਬੜੀ ਸ਼ਾਨਾ ਜੀ ਖਾਨ ਸਾਹਿਬ ਸਭ ਤੋਂ ਪਹਿਲੇ ਤਾਂ ਸਾਨੂੰ ਪੇਂਟ ਦੇ ਦੱਸੋ ਵੀ ਤੁਸੀਂ ਵੈਲਫੇਅਰ ਜਿਹਦੇ ਵਿੱਚ ਸਭ ਤੋਂ ਬੁਨਿਆਦੀ ਚੀਜ਼ ਸੋਲਿੰਗ ਆ ਗਈ ਨਾਲੀ ਆ ਗਈ ਕੀ ਕਰ ਰਹੇ ਹੋ ਇਹਦੇ ਬਾਰੇ ਅਸੀਂ ਇਹ ਤਨਜ਼ੀਮ ਦਾ ਨੰਬਰਦਾਰ ਦੇ ਅਸਾਰੇ ਹਨ ਇਹਨਾਂ ਦੇ ਦੇਰੇ ਸਾਇਆ ਅਸੀਂ 2 ਸਾਲ ਪਹਿਲੇ ਤਨਜ਼ੀਮ ਦਾ ਅਸੀਂ ਆਗਾਜ਼ ਕੀਤਾ ਜੀ ਜੀ ਸਭ ਤੋਂ ਪਹਿਲੇ ਜਦੋਂ ਕਰੋਨਾ ਦੀ ਆਪਣੀ ਵੇਵ ਆਈ ਪਹਿਲੀ ਅੱਛਾ ਉਹਨਾਂ ਦੇ ਦੌਰਾਨ ਕਾਫੀ ਲੋਕ ਕਿਉਂਕਿ ਬੇਰੋਜ਼ਗਾਰ ਹੋ ਗਏ ਆਂ ਔਰ ਲੋਕਾਂ ਨੂੰ ਬੜੀ ਟੈਨਸ਼ਨ ਆਈ ਖਾਣੇ ਪੀਣੇ ਦੀ ਤੇ ਅਸੀਂ ਉਹਨਾਂ ਦੇ ਵਿੱਚ ਤਕਰੀਬਨ 100 ਤੋਂ ਜ਼ਿਆਦਾ ਘਰਾਂ ਨੂੰ ਅਸੀਂ ਆਪਣੀ ਮਦਦ ਆਪ ਦੇ ਤਹਿਤ ਅਸੀਂ ਰਾਸ਼ਨ ਦਾ ਇੰਤਜ਼ਾਮ ਕੀਤਾ ਔਰ ਅਲਮਦੁਲਿਲਾ ਅਸੀਂ ਉਹ ਤਕਸੀਮ ਵੀ ਕੀਤਾ ਔਰ ਉਸ ਤੋਂ ਬਾਅਦ ਸਾਡੇ ਪਿੰਡ ਚ ਇੱਕ ਦੋ ਜਗ੍ਹਾ ਤੇ ਕੋਈ ਨਾਲੀਆਂ ਖਰਾਬ ਮੈਂ ਅਸੀਂ ਉਹਨਾਂ ਦੀ ਰਿਪੇਅਰ ਵੀ ਕੀਤੀ ਫਿਰ ਪਾਣੀ ਪਿੰਡੇ ਖੜਾ ਹੁੰਦਾ ਅਸੀਂ ਉਹ ਸੋਲੰਗ ਜਿਹੜਾ ਹੈ ਨਾ ਉਹਨਾਂ ਨੂੰ ਵੀ ਰਿਪੇਅਰ ਕਰਾਇਆ ਸੀ ਇਹ ਸਾਰਾ ਕੁਝ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਤੁਸੀਂ ਆਪਣੇ ਜ਼ਾਤੀ ਜਿਹੜੇ ਆਪਣੀ ਜੇਬ ਚੋਂ ਲਾਇਆ ਹੈ ਪਿੰਡ ਦੇ ਪਿੰਡ ਦੇ ਖਰਚੇ ਚੋਂ ਲਾਇਆ ਹੈ ਜਾਂ ਕਿਤੋਂ ਬਾਹਰੋਂ ਵੀ ਤੁਹਾਨੂੰ ਫੰਡ ਮਿਲੇ ਨੇ ਨਹੀਂ ਜੀ ਸਾਨੂੰ ਕੋਈ ਬਾਹਰੋਂ ਕਿਸੇ ਕਿਸਮ ਦੀ امداد ਨਹੀਂ ਆਈ ਇਹ ਜਿਤਨਾ ਵੀ ਅਸੀਂ ਕੀਤਾ ਕੰਮ ਆਪਣੀ ਤਨਜ਼ੀਮ ਦੇ ਜ਼ੇਰੇ ਸਾਇਆ ਇਹਨਾਂ ਬੰਦਿਆਂ ਕੋਈ ਆਪਣੀ ਜੇਬ ਵਿੱਚੋਂ ਹੀ ਲਾਇਆ ਹੈ ਔਰ ਉਸ ਤੋਂ ਬਾਅਦ ਜਿਹੜੇ ਹੋਰ ਪਿੰਡ ਦੇ ਮੁਖੀਰ ਹਜ਼ਰਤ ਹਨ ਉਹਨਾਂ ਸਾਡੇ ਨਾਲ ਅਲਹਮਦੁਲਿਲਾ ਕਾਫੀ ਤਾਵਨ ਕੀਤਾ ਜੀ ਜੀ ਫਿਰ ਉਸ ਤੋਂ ਬਾਅਦ ਅਸੀਂ ਸਾਡੇ ਪਿੰਡੇ ਦੋ ਸਕੂਲ ਨੇ ਇੱਕ ਬੱਚਿਆਂ ਦਾ ਇੱਕ ਬੱਚਿਆਂ ਦਾ ਅਸੀਂ ਦੋਨਾਂ ਜਗ੍ਹਾ ਤੇ ਤਕਰੀਬਨ ਕੋਈ 25 25 بچیاں اور 25 بچیاں ਨੂੰ ਅਸੀਂ ਯੂਨੀਫਾਰਮ ਦਾ ਅਸੀਂ ਇੰਤਜ਼ਾਮ ਕਰਕੇ ਉਹਨਾਂ ਨੂੰ ਦਿੱਤਾ ਫਿਰ ਉਸ ਬਾਅਦ ਸਟ੍ਰੇਸ਼ਨੀ ਦਾ ਸਮਾਨ ਜਿਹੜੇ ਮੁਸਤਹਿਕ ਬੱਚੇ ਹਨ ਤਾਂ ਕਿ ਸਾਡੇ ਆਉਣ ਵਾਲੀ نسل ਇਹਨੂੰ ਲੈ ਕੇ ਅੱਗੇ ਪੜ੍ਹੇ ਔਰ ਤਰੱਕੀ ਕਰੇ ਉਹਨਾਂ ਵਾਸਤੇ ਅਸੀਂ ਉਹ ਹੀ ਇੰਤਜ਼ਾਮ ਕੀਤਾ ਫਿਰ ਸਾਡੇ ਸਦਰ ਸਾਹਿਬ ਨੇ ਔਰ ਜਨਰਲ ਸੈਕਟਰੀ ਸਾਹਿਬ ਨੇ ਔਰ ਮੈਂ ਅਸੀਂ ਇਹਨਾਂ ਨੇ ਕੁਝ ਥੋੜਾ ਬਹੁਤ ਫੰਡ ਸੀ ਕਮੇਟੀ ਚ ਇਕੱਠਾ ਕਰਕੇ ਸਾਡੇ ਦੋਹਾਂ ਸਕੂਲਾਂ ਜੇ ਅਸੀਂ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਅਸੀਂ ਵਾਟਰ ਕੂਲਰ ਇਹਨਾਂ ਨੂੰ ਦਿੱਤੇ ਜੀ ਬਿਲਕੁਲ ਔਰ ਅਲਮਦੁਲਿਲਾ ਇਸ ਟਾਈਮ ਵੀ ਚੱਲ ਰਹੇ ਨੇ ਔਰ ਆਪਣੀ ਵਰਕਿੰਗ ਕੰਡੀਸ਼ਨ ਵਿੱਚ ਨੇ ਜੀ ਜੀ ਮਾਸ਼ਾਅੱਲਾ ਸਕੂਲ ਦਾ ਗਰਾਊਂਡ ਬੜਾ ਅੱਛਾ ਤੁਹਾਡਾ ਬਣਿਆ ਹੋਇਆ ਹੈ ਤੇ ਇਹਦੇ ਬਾਰੇ ਕੋਈ ਦੱਸੋ ਵੀ ਇਹ ਤੁਸੀਂ ਸਕੂਲ ਫੰਡ ਦੇ ਵਿੱਚੋਂ ਬਣਿਆ ਹੈ ਜਾਂ ਕੀ ਜੀ ਇਹ ਸਕੂਲ ਦਾ ਜਿਹੜਾ ਇਹ ਬਣਿਆ ਹੋਇਆ ਨਾ ਇਹਦੇ ਵਿੱਚ ਨਾ ਜਿਹੜੇ ਖਿਡਾਰੀ ਨੇ ਸਾਡੇ ਜਿਹੜੇ ਖੇਡਦੇ ਨੇ ਮਾਸ਼ਾਅੱਲਾ ਉਹਨਾਂ ਦਾ ਬਹੁਤ ਕਿਰਦਾਰ ਹੈ ਉਸ ਤੋਂ ਇਲਾਵਾ ਪਿੰਡ ਦੇ ਵਿੱਚ ਕਸ਼ਨ ਹੋਈ ਕਿ ਕੁੱਛ ਜਿਹੜੇ ਸਾਡੇ ਅਸੀਂ ਮੈਂਬਰ ਨੇ ਉਹਨਾਂ ਨੇ ਦਿੱਤਾ ਔਰ ਇਹਦੇ ਤੇ ਤਕਰੀਬਨ ਅਪਰੋਕਸੀਮੇਟਲੀ 70 80 ਹਜ਼ਾਰ ਰੁਪਏ ਆ ਤਕਰੀਬਨ ਲੱਗਾ ਔਰ ਇਹਦੇ ਵਿੱਚ ਅਸੀਂ ਪਾਣੀ ਜਿਹੜਾ ਹੁਣ ਵੀ ਲਾ ਰਹੇ ਨੇ ਬੱਚੇ ਮੁੱਲ ਦਾ ਲਾ ਰਹੇ ਨੇ ਜਾਂ ਫਿਰ ਨਮਰਦਾਰ ਸਾਹਿਬ ਦੇ ਕੋਲ ਜਿਹੜਾ ਪਾਣੀ ਹੈ ਉਹ ਫਿਰ ਇਹਨਾਂ ਕੋਲ ਲੈ ਲੈਂਦੇ ਨੇ ਔਰ ਇਹ ਪਾਣੀ ਨੂੰ ਲਾਂਦੇ ਨੇ ਔਰ ਇਹਨੂੰ ਚਲਾ ਰਹੇ ਨੇ ਔਰ ਮਾਸ਼ਾਅੱਲਾ ਕਾਫੀ ਅੱਛਾ ਹੈ ਹੁਣ ਥੋੜਾ ਜਿਹਾ ਮੌਸਮ ਦੀ وجہ ਤੋਂ ਹੈ ਤੇ ਇਨਸ਼ਾਅੱਲਾ ਹੁਣ ਪਾਣੀ ਨੂੰ ਦੁਬਾਰਾ ਲਾਵਾਂਗੇ ਤੇ ਠੀਕ ਹੋ ਜਾਏਗਾ ਅੱਛਾ ਮੈਂ ਸਾਰੀਆਂ ਗੱਲਾਂ ਦੇ ਵਿੱਚ ਵੇਖ ਰਿਹਾ ਕਿ ਤੁਹਾ ਔਰ ਕਲੈਕਸ਼ਨ ਵੀ ਹੋ ਰਹੀ ਏ ਇਹਦੇ ਵਿੱਚ ਹਰ ਗੱਲ ਦਾ ਬੁਨਿਆਦ ਜਿਹੜੀ ਹੈ ਉਹ ਨੰਬਰਦਾਰ ਸਾਹਿਬ ਤੇ ਆ ਰਹੀ ਹੈ ਮਾਸ਼ਾਅੱਲਾ ਨੰਬਰਦਾਰ ਸਾਹਿਬ ਤੇ ਕਾਫੀ ਆ ਜਨਾਬ ਤੁਸੀਂ ਵੈਲਫੇਅਰ ਦੇ ਕੰਮ ਦੇ ਵਿੱਚ ਹਿੱਸਾ ਲੈ ਰਹੇ ਹੋ ਸਰ ਪਤਾ ਕਿ ਮੇਰੇ ਫਰਜ਼ ਹੈ ਸ਼ਾਮਲ ਹੈ ਮੇਰੀ ਡਿਊਟੀ ਸ਼ਾਮਲ ਹੈ ਅੱਛਾ ਤੇ ਬੱਚਿਆਂ ਖਾਸ ਤੌਰ ਤੇ ਨੇ ਪੋਜ਼ਿਟਿਵ ਕਿਰਦਾਰ ਅਦਾ ਕੀਤਾ ਹੈ ਅੱਛਾ ਮਤਲਬ ਹਰ ਮਾਮਲੇ ਵਿੱਚ ਮਤਲਬ ਅਗਰ ਬੱਚਿਆਂ ਦੀ ਮਦਦ ਹੈ ਅਗਰ ਸਕੂਲ ਦਾ ਕੋਈ ਕੰਮ ਹੈ ਮਤਲਬ ਹੈ ਨਾ ਸਾਡੇ ਪੜੇ ਲਿਖੇ ਲੋਕ ਸੁਲਝੇ ਲੋਕ ਹਨ ਕਾਫੀ ਤਾਣ ਕਰ ਰਹੇ ਹਨ ਔਰ ਮੈਂ ਇਸ ਚੀਜ਼ ਨੂੰ ਪ੍ਰਮੋਟ ਕਰਨਾ ਮੈਨੂੰ ਦੀਲੀ ਖੁਸ਼ੀ ਹੁੰਦੀ ਕਿ ਮੇਰੀ ਯੂਥ ਜਾਂ ਮੇਰੇ ਬੱਚਿਆਂ ਦਾ ਪੋਜ਼ਿਟਿਵ ਜ਼ੇਨ ਹੈ ਬੜੀ ਸ਼ੁਕਰੀਆ ਮੈਂ ਆਪਣੀ ਤਨਜ਼ੀਮ ਦੀ ਤਰਫੋਂ ਔਰ ਆਪਣੇ ਪਿੰਡ ਦੀ ਤਰਫੋਂ ਬੜਾ ਮਸ਼ਕੂਰ ਨੰਬਰਦਾਰ ਸਾਹਿਬ ਦੇ ਜੀ ਜੀ ਔਰ ਅਸੀਂ ਇੱਕ ਇਸਲਾਮੀ ਤਰੀਕੇ ਲੈ ਕੇ ਅੱਗੇ ਆਇਆ ਹੈ ਕਿ ਇਸਲਾਮ ਵਿੱਚ ਡਾਡਾ ਜਿਹੜਾ ਸਰਭਰਾ ਹੁੰਦਾ ਨਾ ਉਹ ਹੀ ਸਾਰਾ ਡਾਡਾ ਸਾਰਾ ਕੁਝ ਹੈ ਔਰ ਸਾਡਾ ਇੱਕ ਬਲੋਚ ਕੌਮ ਦਾ ਵੀ ਇਹ ਇੱਕ ਵਿਜ਼ਨ ਹੈ ਕਿ ਸਾਡਾ ਜਿਹੜਾ ਸਰਦਾਰ ਹੈ ਅਸੀਂ ਆਪਣੇ ਸਰਦਾਰ ਦੇ ਪਿੱਛੇ ਹੀ ਹੈ ਜੀ ਬਿਲਕੁਲ ਮੈਂ ਮਾਫ਼ਰਤ ਤੁਹਾਡੀ ਗੱਲ ਕੱਟ ਰਿਹਾ ਵੇਖਣ ਵਾਲੇ ਦੱਸਾਂ ਕਿ ਜਨਾਬ ਮਦਸਰ ਖਾਨ ਬਲੋਚ ਸਾਹਿਬ ਆਲ ਬਲੋਚ ਕੌਂਸਲ ਦੇ ਚੇਅਰਮੈਨ ਵੀ ਆ ਮੈਂ ਹੁੰਦਾ ਜੀ ਜਨਰਲ ਸੈਕਟਰੀ ਆ ਮਰਕਜ਼ ਦੀ ਜਨਰਲ ਸੈਕਟਰੀ ਆ ਔਰ ਇਹ ਮੇਰੇ ਫਰਮਾਨ ਭਾਈ ਜੁਆਇੰਟ ਸੈਕਟਰੀ ਨੇ ਔਰ ਨੰਬਰਦਾਰ ਸਾਹਿਬ ਦੇ ਅਸੀਂ ਲੈ ਕੇ ਔਰ ਅਲਹਮਦੁਲਿਲਾ ਇਹਨਾਂ ਸਾਡੇ ਨਾਲ ਅਸੀਂ ਬਹੁਤ ਰਾਜ਼ੀ ਹੋਨੇ ਕਿ ਦੂਸਰੇ ਪਿੰਡਾਂ ਨਾਲੋਂ الحمدللہ جیڑا ਸਾਡਾ ਸਰਦਾਰ ਹੈ ਨਾ ਉਹ ਸਾਡੇ ਨਾਲ ਬਹੁਤ ਤਾਵਨ ਕਰਦਾ ਹੈ ਬੜੀ ਗੱਲ ਹੈ ਬੜੀ ਗੱਲ ਹੈ ਔਰ ਇਹਦਾ ਸਾਯਾ ਹਮੇਸ਼ਾ ਦੌਰ ਤੇ ਸਾਡੇ ਤੇ ਰਹਿੰਦਾ ਹੈ ਔਰ ਅਸੀਂ ਇਹਦੇ ਨਾਲ ਮਿਲ ਕੇ ਜੋ ਵੀ ਕੰਮ ਕਰਨੇ ਹਨ ਸਭ ਤੋਂ ਪਹਿਲੇ ਅਸੀਂ ਇਹਨਾਂ ਨਾਲ مشورہ ਕਰਕੇ ਫਿਰ ਆਪਣੀ تنظیم ਇਕੱਠਾ ਸਾਡੀ ਮੀਟਿੰਗ ਹੁੰਦੀ ਹੈ ਮੀਟਿੰਗ ਕਰਕੇ ਫਿਰ ਜਿਵੇਂ ਸਾਨੂੰ ਜਿੱਥੇ ਇਹਨਾਂ ਦੇ مشورے ضرورت ਉਹਨਾਂ الحمدللہ سن اچھا مشورہ دینਦੇ ਨੇ ਬੜੀ ਗੱਲ ਹੈ ਔਰ ਅਸੀਂ ਇਹਨੂੰ ਲੈ ਕੇ ਅੱਗੇ ਮਜ਼ੀਦ ਵੀ ਸਾਡਾ ਇਰਾਦਾ ਹੈ ਕਿ ਅਸੀਂ ਇਹਨੂੰ ਲੈ ਕੇ ਅੱਗੇ ਚਲੀਏ ਅੱਛਾ ਜੀ ਚਲਣਾ ਚਾਹੀਦਾ ਵੀ ਹੈ ਆ ਜੀ ਕੈਪਟਨ ਸਾਹਿਬ ਤੁਸੀਂ ਵੀ ਥੋੜਾ ਜਿਹਾ ਕੋ ਹਿੱਸਾ ਪਾਓ ਵੇਜ ਤੇ ਦੱਸੋ ਵੀ ਜਨਾਬ ਦੀ ਟੀਮ ਜਿਹੜੀ ਹੈ ਪਿੰਡ ਦੀ 140 ਗਾਹ ਵੇ ਹਾਸ਼ਮ ਦੀ ਜੋਗ ਦੀ ਇਹਦੇ ਬਾਰੇ ਦੱਸੋ ਕਿ ਕੋ ਵੱਲ ਖੇਡਦੀ ਹੈ ਜੀ ਮਾਸ਼ਾਅੱਲਾ ਟੀਮ ਸਾਡੀ ਅੱਛੀ ਹੈ ਜੀ ਤਕਰੀਬਨ ਤੀਸਰਾ ਚੌਥਾ ਸੀਜ਼ਨ ਹੈ ਅਸੀਂ ਹਾਰਬਾਲ ਮੁxtਲਫ ਪਿੰਡਾਂ ਦੇ ਟੀਮਾਂ ਨਾਲ ਖੇਡ ਰਹੇ ਹਾਂ ਹਾਂ ਤੇ ਟੂਰਨਾਮੈਂਟ ਵੀ ਖੇਲੇ ਨੇ ਮਾਸ਼ਾਅੱਲਾ ਟੀਮ ਸਾਡੀ ਬੜਾ ਚੱਕੀ ਖੇਦੀ ਬੜੀ ਜੇ ਪਿੰਡ 34 ਦੀ ਤੁਹਾਡੇ ਨਾਲ ਪੇੜ ਪਵਾ ਦਈਏ ਤੇ ਫਿਰ ਪਿੰਡ 34 ਦਾ ਤੁਸੀਂ ਮੈਚ ਸਾਡੇ ਨਾਲ ਰੱਖ ਲਓ ਕਿ ਜਿੰਦੇ ਸੰਡੇ ਸਾਡੇ ਨਾਲ ਫਿਕਸ ਕਰ ਲਓ ਅਸੀਂ ਮੈਚ ਖੇਡਾਂਗੇ ਤੁਹਾਡੇ ਨਾਲ ਪਿੰਡ ਵਾਲਿਆਂ ਦੀ ਐਫਰਟ ਤੇ ਵੀਡੀਓ ਕਿਵੇਂ ਦੀ ਲੱਗੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਹਦੇ ਨਾਲ ਹੀ ਆਪਣੇ ਵੀਰ သਗੀਰ ਬਾਸ ਰਿੰਦਰ ਨੂੰ ਦਿਓ ਇਜਾਜ਼ਤ ਰਾਮ ਰੱਖਾ